नीरज साहब जरा और फरीदकोट मेडिकल उत्थे कॉलेज है दो बंदे रेफर होए थे एक उत्थे दो रेफर होए है एक तीजा है जिदे पेट च खोल मारी गोली सो आ देखो कि किवें गुंडा गर्दी इन्होंने कीती आप अगे लग के मैं हैरान हां एमएलए आप ते दा बेटा पता नहीं 18 साल दा पता नहीं 21 साल दा है एडी छोटी उम्र च तो बदमाशी सिखाउणा अपने बच्चे नूं वो सोचते है कि हुण सरकार साडी बन गई ते हुण पुलिस साडे नाल है आ 7 महीने 8 महीने टप जांगे मिंटां च किधर जाणगे भज के इंसाफ दुआवांगे लोकां नूं इंसाफ मिलूगा हुण कह रहे है कि अकाली दल दे वर्करां दे क्रॉस केस कराओ करा लो जिन्ने मर्जी बाद किधर जाओगे तुसीं भज्जण नहीं दिंदे आपणे नूं मैं तुहानूं अज गरंटी दिंदा जिन्ना गंद इहने पाया जिन्ना गंद पाया वो सोचदा सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा भजना किनूं पिया उहनां नूं पिया फार्म मैं क्या मैं इत्थे बैठूंगा जिन्हां दा फार्म नहीं पर दे सारे फर भरा के आप आए हैं इस करके परवाह ना करो जिथे लोड पई तुहानू मेरी मैं उसे हाजिर है मैनू राहत ही मैं दिल्ली सी पार्लियामेंट उथे बजट पेश हो रहा सी मैनू सेखों साहब का फोन आया ते अपने मंडे दा फोन आया कि इत्थे गुंडागर्दी शुरू हो गई करन लगे आ मैं कहा कोई गल नहीं मैं रात नूं उत्थे चलिया सवेरे 2:30 बजे मैं बादल पहुंचिया ते 9 बजे चल के इत्थे पहुंचिया क्योंकि मैनूं पता सी कि ओह सोचदे आ कि असीं पुलिस नूं वरत के अफसरां नूं वरत के ते आ जिहड़ा हमला इहने यूपी तों बदमाश बुलाए पैसे दे के सोचदा कि मैं डरा लूंगा उन्हें पता नहीं श्रोमणी अकाली दल पार्टी कांग्रेस वांगू नहीं है कांग्रेस ही लभणे नहीं जिहड़े लीडर इन्हां दे इस करके आज धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने इन्हू भुगतना पैना मैं तुम्हें गरंटी देना ਤੇ ਦੂਜੇ ਪਾਸੋਂ ਨਿਕਲ ਗਈ ਇੱਕ ਦੀ ਪਿੱਠ 'ਚ ਵੱਜੀ ਹੈ ਉਹ ਸੀਰੀਅਸ ਹੈ ਵਿਚਾਰਾ ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ ਦੋ ਬੰਦੇ ਰੈਫਰ ਹੋਏ ਸੀ ਇੱਕ ਉੱਥੇ ਦੋ ਰੈਫਰ ਹੋਏ ਹੈ ਇੱਕ ਤੀਜਾ ਹੈ ਜਿਹਦੇ ਪਿੱਠ 'ਚ ਖੋਲ ਮਾਰੀ ਗੋਰੀ ਸੋ ਆ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ ਆਪ ਅੱਗੇ ਲੈ ਕੇ ਮੈਂ ਹੈਰਾਨ ਹਾਂ ਐਮਐਲਏ ਆਪ ਤੇ ਉਹਦਾ ਬੇਟਾ ਪਤਾ ਨਹੀਂ 18 ਸਾਲ ਦਾ ਪਤਾ ਨਹੀਂ 21 ਸਾਲ ਦਾ ਹੈ ਐਡੀ ਛੋਟੀ ਉਮਰ 'ਚ ਤੋਂ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ ਕਿੱਧਰ ਜਾਣਗੇ ਭੱਜ ਕੇ ਇਨਸਾਫ ਦਵਾਵਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰੋਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਜਿੰਨਾ ਗੰਦ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਮੈਂ ਕਿਹਾ ਇੱਥੇ ਹੀ ਬੈਠੂਗਾ ਜਿੰਨਾ ਦਾ ਫਾਰਮ ਨਹੀਂ ਪਰ ਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਆ ਜਿੱਥੇ ਲੋੜ ਪਈ ਤੁਹਾਨੂੰ ਮੇਰੀ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਰਾਹਤ ਹੀ ਮੈਂ ਦਿੱਲੀ ਸੀ ਪਾਰਲੀਮੈਂਟ 'ਚ ਉੱਥੇ ਬਜਟ ਪੇਸ਼ ਹੋ ਰਿਹਾ ਸੀ ਮੈਨੂੰ ਸੇਖੋਂ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਉੱਥੇ ਚੱਲਿਆ ਸਵੇਰੇ 2:30 ਵਜੇ ਮੈਂ ਬਾਦਲ ਪਹੁੰਚਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਆ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਆ ਜਿਹੜਾ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ ਪੈਸੇ ਦੇ ਕੇ ਸੋਚਦਾ ਕਿ ਮੈਂ ਡਰਾ ਲੂੰਗਾ ਉਹਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਾਂਗਰਸ ਵਾਂਗੂ ਨਹੀਂ ਹੈ ਕਾਂਗਰਸ ਹੀ ਲੱਭਣੇ ਨਹੀਂ ਜਿਹੜੇ ਲੀਡਰ ਇਹਨਾਂ ਦੇ ਇਸ ਕਰਕੇ ਅੱਜ ਧੱਕੇ ਦਾ
ਜਿਹੜਾ ਕੀਤਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਆਪਣੇ ਪਾਰਟੀ ਦੇ ਬੱਚਿਆਂ ਨੂੰ ਦਾ ਖੂਨ ਡੋਲਿਆ ਇਹਨਾਂ ਨੇ ਇਹਨੂੰ ਭੁਗਤਣਾ ਪੈਣਾ ਮੈਂ ਤੈਨੂੰ ਗਰੰਟੀ ਦਿੰਦਾ ਤੇ ਦੂਜੇ ਪਾਸੇ ਨਿਕਲ ਗਈ ਇੱਕ ਦੀ ਪਿੱਠ 'ਚ ਵੱਜੀ ਹੈ ਉਹ ਸੀਰੀਅਸ ਹੈ ਵਿਚਾਰਾ ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ ਦੋ ਬੰਦੇ ਰੈਫਰ ਹੋਏ ਸੀ ਇੱਕ ਉੱਥੇ ਦੋ ਰੈਫਰ ਹੋਏ ਹੈ ਇੱਕ ਤੀਜਾ ਹੈ ਜਿਹਦੇ ਪਿੱਠ 'ਚ ਖੋਲ ਮਾਰੀ ਗੋਰੀ ਸੋ ਆਹ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ ਆਹ ਅੱਗੇ ਲੈ ਕੇ ਮੈਂ ਹੈਰਾਨ ਹਾਂ MLA ਆਹ ਤੇ ਉਹਦਾ ਬੇਟਾ ਪਤਾ ਨਹੀਂ 18 ਸਾਲ ਦਾ ਪਤਾ ਨਹੀਂ 21 ਸਾਲ ਦਾ ਹੈ ਐਡੀ ਛੋਟੀ ਉਮਰ 'ਚ ਤੂੰ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ ਕਿੱਧਰ ਜਾਣਗੇ ਭੱਜ ਕੇ ਇਨਸਾਫ ਤੂੰ ਆਵਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰੋਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭੱਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾਂ ਦਾ ਫਾਰਮ ਨਹੀਂ ਭਰਦੇ ਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਹਾਂ ਇਸ ਕਰਕੇ ਪ੍ਰਵਾਹ ਨਾ ਕਰੋ ਜਿੱਥੇ ਲੋੜ ਪਈ ਤੁਹਾਨੂੰ ਮੇਰੀ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਰਾਹਤ ਹੀ ਮੈਂ ਦਿੱਲੀ ਸੀ ਪਾਰਲੀਮੈਂਟ 'ਚ ਉੱਥੇ ਬਜਟ ਪੇਸ਼ ਹੋ ਰਿਹਾ ਸੀ ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਉੱਥੇ ਚੱਲਿਆ ਸਵੇਰੇ 2:30 ਵਜੇ ਮੈਂ ਬਾਦਲ ਪਹੁੰਚਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਆ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਅੱਜ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ ਪੈਸੇ ਦੇ ਕੇ ਸੋਚਦਾ ਕਿ ਮੈਂ ਡਰਾ ਲੂੰਗਾ ਉਹਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਾਂਗਰਸ ਵਾਂਗੂ ਨਹੀਂ ਹੈ ਕਾਂਗਰਸੀ ਲੱਭਣੇ ਨਹੀਂ ਜਿਹੜੇ ਲੀਡਰ ਇਹਨਾਂ ਦੇ ਇਸ ਕਰਕੇ ਅੱਜ ਧੱਕੇ ਦਾ ਜਿਹੜਾ ਕੀਤਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਆਪਣੇ ਪਾਰਟੀ ਦੇ ਬੱਚਿਆਂ ਨੂੰ ਦਾ ਖੂਨ ਡੋਲਿਆ ਇਹਨਾਂ ਨੇ ਇਹਨੂੰ ਭੁਗਤਣਾ ਪੈਣਾ ਮੈਂ ਤੈਨੂੰ ਗਰੰਟੀ ਦਿੰਦਾ ਤੇ ਦੂਜੇ ਪਾਸੇ ਨਿਕਲ ਗਈ ਇੱਕ ਦੀ ਪਿੱਠ 'ਚ ਵੱਜੀ ਹੈ ਉਹ ਸੀਰੀਅਸ ਹੈ ਵਿਚਾਰਾ ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ ਦੋ ਬੰਦੇ ਰੈਫਰ ਹੋਏ ਸੀ ਇੱਕ ਉੱਥੇ ਦੋ ਰੈਫਰ ਹੋਏ ਹੈ ਇੱਕ ਤੀਜਾ ਹੈ ਜਿਹਦੇ ਪਿੱਠ 'ਚ ਖੋਲ ਮਾਰੀ ਗੋਰੀ ਸੋ ਆਹ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ ਆਹ ਅੱਗੇ ਲੈ ਕੇ ਮੈਂ ਹੈਰਾਨ ਹਾਂ MLA ਆਹ ਤੇ ਉਹਦਾ ਬੇਟਾ ਪਤਾ ਨਹੀਂ 18 ਸਾਲ ਦਾ ਪਤਾ ਨਹੀਂ 21 ਸਾਲ ਦਾ ਹੈ ਐਡੀ ਛੋਟੀ ਉਮਰ 'ਚ ਤੂੰ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ ਕਿੱਧਰ ਜਾਣਗੇ ਭੱਜ ਕੇ ਇਨਸਾਫ ਤੂੰ ਆਵਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰੋਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭੱਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾਂ ਦਾ ਫਾਰਮ ਨਹੀਂ ਭਰਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਹਾਂ ਇਸ ਕਰਕੇ ਪ੍ਰਵਾਹ ਨਾ ਕਰੋ ਜਿੱਥੇ ਲੋੜ ਪਈ ਤੁਹਾਨੂੰ ਮੇਰੀ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਰਾਹਤ ਹੀ ਮੈਂ ਦਿੱਲੀ ਸੀ ਪਾਰਲੀਮੈਂਟ 'ਚ ਉੱਥੇ ਬਜਟ ਪੇਸ਼ ਹੋ ਰਿਹਾ ਸੀ ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਉੱਥੇ ਚੱਲਿਆ ਸਵੇਰੇ 2:30 ਵਜੇ ਮੈਂ ਬਾਦਲ ਪਹੁੰਚਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਆ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਅੱਜ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ
पैसे दे के सोचता है कि मैं डरा लूंगा। उन्हें पता नहीं श्रोमणी अकाली दल पार्टी कांग्रेस वांगू नहीं है, कांग्रेसी लभने नहीं जिहड़े लीडर इन्हां दे। इस करके आज धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने, इन्हें भुगतना पैना। मैं तुम्हें गारंटी देना ते दूजे पासों निकल गए। एक ने पेट च बची है, वह सीरियस है बेचारा, और फरीदकोट मेडिकल उत्थे कॉलेज है, एक उत्थे दो रेफर हुए है, एक तीजा है जिसे पेट च खोल मारी गोली। सो आ देखो कि गुंडागर्दी इन्होंने की। आप अगे लगे मैं हैरान हाँ, MLA आप बेटा पता नहीं 18 साल का पता नहीं 21 साल का है, एडी छोटी उम्र च तो बदमाशी सिखाना अपने बच्चों। वो सोचते हैं कि हुण सरकार साडी बन गई ते हुण पुलिस साडे नाल है, आ 7 महीने 8 महीने टप जाएंगे मिनटा च, किधर जाएंगे भज के। इंसाफ दवांगे लोगों नूं, इंसाफ मिलूगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपने। मैं तुहानूं अज गारंटी दिंदा जिन्ना गंद इहने पाया, जिन्ना गंद पाया वो सोचता सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा। भजना किनूं पिया, उन्हां नूं पिया फार्म है। मैं तां कहा मैं कहा इत्थे बैठूंगा जिन्हां दा फार्म नहीं भरदे, आंदे सारे फार्म भरा के आपां आए हैं। इस करके परवाह ना करो, जिथे लोड पई तुहानूं मेरी मैं उत्थे हाजिर हां। मैनूं राहत ही, मैं दिल्ली सी पार्लीमेंट च, उत्थे बजट पेश हो रहा सी, मैनूं सेखों साहब दा फोन आया ते अपने मंडे दा फोन आया कि इत्थे गुंडागर्दी शुरू हो गई करन लगे आ। मैं कहा कोई गल नहीं, मैं राहत नूं उत्थे चलिया। सवेरे 2:30 बजे मैं बादल पहुंचिया ते 9 बजे चल के इत्थे पहुंचिया, क्योंकि मैनूं पता सी कि आ सोचदे आ कि असीं पुलिस नूं वरत के अफसरां नूं वरत के ते आ जिहड़ा हमला इहने यूपी तों बदमाश बुलाए पैसे दे के सोचदा कि मैं डरा लूंगा। उन्हें पता नहीं श्रोमणी अकाली दल पार्टी कांग्रेस वांगू नहीं है, कांग्रेसी लभने नहीं जिहड़े लीडर इन्हां दे। इस करके आज धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने, इन्हें भुगतना पैना। मैं तुहानूं गारंटी दिंदा। ते दूजे पासों निकल गए। एक ने पेट च बची है, वो सीरियस है बेचारा, और फरीदकोट मेडिकल उत्थे कॉलेज है, एक उत्थे दो रेफर हुए है, एक तीजा है जिसे पेट च खोल मारी गोली। सो आ देखो कि गुंडागर्दी इन्होंने की। आप अगे लगे मैं हैरान हाँ, MLA आप बेटा पता नहीं 18 साल का पता नहीं 21 साल का है, एडी छोटी उम्र च तो बदमाशी सिखाना अपने बच्चों। वो सोचते हैं कि हुण सरकार साडी बन गई ते हुण पुलिस साडे नाल है, आ 7 महीने 8 महीने टप जाएंगे मिनटा च, किधर जाएंगे भज के। इंसाफ दवांगे लोगों नूं, इंसाफ मिलूगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपने। मैं तुहानूं अज गारंटी दिंदा जिन्ना गंद इहने पाया, जिन्ना गंद पाया वो सोचता सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा। भजना किनूं पिया, उन्हां नूं पिया फार्म है। मैं तां कहा मैं कहा इत्थे बैठूंगा जिन्हां दा फार्म नहीं भरदे, आंदे सारे फार्म भरा के आपां आए हैं। इस करके परवाह ना करो, जिथे लोड पई तुहानूं मेरी मैं उत्थे हाजिर हां। मैनूं राहत ही, मैं दिल्ली सी पार्लीमेंट च, उत्थे बजट पेश हो रहा सी, मैनूं सेखों साहब दा फोन आया ते अपने मंडे दा फोन आया कि इत्थे गुंडागर्दी शुरू हो गई करन लगे आ। मैं कहा कोई गल नहीं, मैं राहत नूं उत्थे चलिया।
ਸਵੇਰੇ 2:30 ਵਜੇ ਮੈਂ ਬਾਦਲ ਮੋਟਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ। ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਐ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਅੱਜ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ ਪੈਸੇ ਦੇ ਕੇ ਸੋਚਦਾ ਕਿ ਮੈਂ ਡਰਾ ਲੂੰਗਾ। ਉਹਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਾਂਗਰਸ ਵਾਂਗੂ ਨਹੀਂ ਹੈ, ਕਾਂਗਰਸੀ ਲੱਭਣੇ ਨਹੀਂ ਜਿਹੜੇ ਲੀਡਰ ਇਹਨਾਂ ਦੇ। ਇਸ ਕਰਕੇ ਅੱਜ ਧੱਕੇ ਦਾ ਜਿਹੜਾ ਕੀਤਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਆਪਣੇ ਪਾਰਟੀ ਦੇ ਬੱਚਿਆਂ ਨੂੰ ਦਾ ਖੂਨ ਡੋਲਿਆ ਇਹਨਾਂ ਨੇ, ਇਹਨੂੰ ਭੁਗਤਣਾ ਪੈਣਾ। ਮੈਂ ਤੈਨੂੰ ਗਰੰਟੀ ਦਿੰਦਾ ਤੇ ਦੂਜੇ ਪਾਸੋਂ ਨਿਕਲ ਗਈ, ਇੱਕ ਦੀ ਪਿੱਠ 'ਚ ਵੱਜੀ ਹੈ, ਉਹ ਸੀਰੀਅਸ ਹੈ ਵਿਚਾਰਾ, ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ। ਦੋ ਬੰਦੇ ਰੈਫਰ ਹੋਏ, ਇੱਕ ਉੱਥੇ ਦੋ ਰੈਫਰ ਹੋਏ ਹੈ, ਇੱਕ ਤੀਜਾ ਹੈ ਜਿਹਦੇ ਪਿੱਠ 'ਚ ਇੱਕ ਹੋਰ ਮਾਰੀ ਗੋਰੀ। ਸੋ ਆਹ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ। ਆਹ ਪੱਕੇ ਲੈ ਕੇ ਮੈਂ ਹੈਰਾਨ ਹਾਂ, MLA ਆਹ ਉੱਥੇ ਉਹਦਾ ਬੇਟਾ ਪਤਾ ਨਹੀਂ 18 ਸਾਲ ਦਾ, ਪਤਾ ਨਹੀਂ 21 ਸਾਲ ਦਾ, ਐਡੀ ਛੋਟੀ ਉਮਰ 'ਚ ਤੂੰ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ। ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ, ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ, ਕਿੱਧਰ ਜਾਣਗੇ ਭੱਜ ਕੇ। ਇਨਸਾਫ ਦਵਾਵਾਂਗੇ, ਲੋਕਾਂ ਨੂੰ ਇਨਸਾਫ ਮਿਲੂਗਾ। ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰੋਸ ਕੇਸ ਕਰਾਓ, ਕਰਾ ਲਓ ਜਿੰਨੇ ਮਰਜ਼ੀ, ਬਾਅਦ 'ਚ ਕਿੱਧਰ ਜਾਓਗੇ ਤੁਸੀਂ, ਭੱਜਣ ਨਹੀਂ ਦਿੰਦੇ ਆਪਣੇ ਨੂੰ। ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ, ਜਿੰਨਾ ਗੰਦ ਇਹਨੇ ਪਾਇਆ, ਜਿੰਨਾ ਗੰਦ ਪਾਇਆ, ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ। ਭੱਜਣਾ ਕਿਹਨੂੰ ਪਿਆ? ਉਹਨਾਂ ਨੂੰ ਪਿਆ ਫਾਰਮ। ਮੈਂ ਤਾਂ ਕਿਹਾ, ਮੈਂ ਕਿਹਾ ਇੱਥੇ ਬੈਠੂਗਾ ਜਿੰਨਾਂ ਦਾ ਫਾਰਮ ਨਹੀਂ ਭਰਦੇ ਜਾਂਦੇ, ਸਾਰੇ ਫਾਰਮ ਭਰਾ ਕੇ ਆਪਾਂ ਆਏ ਹਾਂ। ਜਿੱਥੇ ਲੋੜ ਪਈ ਤੁਹਾਨੂੰ ਮੇਰੀ, ਮੈਂ ਉੱਥੇ ਹਾਜ਼ਰ ਹਾਂ। ਮੈਨੂੰ ਰਾਹਤ ਹੀ, ਮੈਂ ਦਿੱਲੀ ਸੀ ਪਾਰਲੀਮੈਂਟ 'ਚ, ਉੱਥੇ ਬਜਟ ਪੇਸ਼ ਹੋ ਰਿਹਾ ਸੀ, ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਰਾਤ ਨੂੰ ਉੱਥੇ ਚੱਲਿਆ, ਸਵੇਰੇ 2:30 ਵਜੇ ਮੈਂ ਬਾਦਲ ਮੋਟਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਐ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਅੱਜ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ ਪੈਸੇ ਦੇ ਕੇ, ਸੋਚਦਾ ਕਿ ਮੈਂ ਡਰਾ ਲੂੰਗਾ। ਉਹਨੂੰ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਾਂਗਰਸ ਵਾਂਗੂ ਨਹੀਂ ਹੈ, ਕਾਂਗਰਸੀ ਲੱਭਣੇ ਨਹੀਂ ਜਿਹੜੇ ਲੀਡਰ ਇਹਨਾਂ ਦੇ। ਇਸ ਕਰਕੇ ਅੱਜ ਧੱਕੇ ਦਾ ਜਿਹੜਾ ਕੀਤਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਆਪਣੇ ਪਾਰਟੀ ਦੇ ਬੱਚਿਆਂ ਨੂੰ ਦਾ ਖੂਨ ਡੋਲਿਆ ਇਹਨਾਂ ਨੇ, ਇਹਨੂੰ ਭੁਗਤਣਾ ਪੈਣਾ। ਮੈਂ ਤੈਨੂੰ ਗਰੰਟੀ ਦਿੰਦਾ ਤੇ ਦੂਜੇ ਪਾਸੋਂ ਨਿਕਲ ਗਈ, ਇੱਕ ਦੀ ਪਿੱਠ 'ਚ ਵੱਜੀ ਹੈ, ਉਹ ਸੀਰੀਅਸ ਹੈ ਵਿਚਾਰਾ, ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ। ਦੋ ਬੰਦੇ ਰੈਫਰ ਹੋਏ, ਇੱਕ ਉੱਥੇ ਦੋ ਰੈਫਰ ਹੋਏ ਹੈ, ਇੱਕ ਤੀਜਾ ਹੈ ਜਿਹਦੇ ਪਿੱਠ 'ਚ ਇੱਕ ਹੋਰ ਮਾਰੀ ਗੋਰੀ। ਸੋ ਆਹ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ। ਆਹ ਪੱਕੇ ਲੈ ਕੇ ਮੈਂ ਹੈਰਾਨ ਹਾਂ, MLA ਆਹ ਉੱਥੇ ਉਹਦਾ ਬੇਟਾ ਪਤਾ ਨਹੀਂ 18 ਸਾਲ ਦਾ, ਪਤਾ ਨਹੀਂ 21 ਸਾਲ ਦਾ, ਐਡੀ ਛੋਟੀ ਉਮਰ 'ਚ ਤੂੰ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ। ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ, ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ, ਕਿੱਧਰ ਜਾਣਗੇ ਭੱਜ ਕੇ। ਇਨਸਾਫ ਦਵਾਵਾਂਗੇ, ਲੋਕਾਂ ਨੂੰ ਇਨਸਾਫ ਮਿਲੂਗਾ। ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰੋਸ ਕੇਸ ਕਰਾਓ, ਕਰਾ ਲਓ ਜਿੰਨੇ ਮਰਜ਼ੀ, ਬਾਅਦ 'ਚ ਕਿੱਧਰ ਜਾਓਗੇ ਤੁਸੀਂ, ਭੱਜਣ ਨਹੀਂ ਦਿੰਦੇ ਆਪਣੇ ਨੂੰ। ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ, ਜਿੰਨਾ ਗੰਦ ਇਹਨੇ ਪਾਇਆ, ਜਿੰਨਾ ਗੰਦ ਪਾਇਆ, ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ। ਭੱਜਣਾ ਕਿਹਨੂੰ ਪਿਆ? ਉਹਨਾਂ ਨੂੰ ਪਿਆ ਫਾਰਮ। ਮੈਂ ਤਾਂ ਕਿਹਾ, ਮੈਂ ਕਿਹਾ ਇੱਥੇ ਬੈਠੂਗਾ ਜਿੰਨਾਂ ਦਾ ਫਾਰਮ ਨਹੀਂ ਭਰਦੇ ਜਾਂਦੇ, ਸਾਰੇ ਫਾਰਮ ਭਰਾ ਕੇ ਆਪਾਂ ਆਏ ਹਾਂ। ਜਿੱਥੇ ਲੋੜ ਪਈ ਤੁਹਾਨੂੰ ਮੇਰੀ, ਮੈਂ ਉੱਥੇ ਹਾਜ਼ਰ ਹਾਂ। ਮੈਨੂੰ ਰਾਹਤ ਹੀ,
मैं दिल्ली सी पार्लियामेंट उथे बजट पेश हो रहा सी, मैनू सेखों साहब का फोन आया ते अपने मंडे का फोन आया कि इत्थे गुंडागर्दी शुरू हो गई करन लगे आ। मैं क्या कोई गल नहीं, मैं रात नूं उत्थे चलिया सवेरे 2:30 बजे मैं बादल पहुंचा ते 9 बजे चल के इत्थे पहुंचा, क्योंकि मैनू पता सी कि आ सोचदे आ कि असीं पुलिस नूं वरत के अफसरां नूं वरत के ते आ जिहड़ा हमला इहने यूपी तों बदमाश बुलाए पैसे दे के सोचदा कि मैं डरा लूंगा। उन्हें पता नहीं श्रोमणी अकाली दल पार्टी कांग्रेस वांगू नहीं है, कांग्रेस ही लभने नहीं जिहड़े लीडर इन्हां दे। इस करके आज धक्के दा जिहड़ा कीता जुल्म कीता अपने बच्चों के अपने पार्टी के बच्चों नूं दा खून डोलिया इन्होंने, इन्हें भुगतना पैना। मैं तुहानूं गरंटी दिंदा दूजे पास निकल गए, एक दे पेट च बची है वो सीरियस है बेचारा, और फरीदकोट मेडिकल उत्थे कॉलेज है, दो बंदे रेफर होए थे, एक उत्थे दो रेफर होए है, एक तीजा है जिहदे पेट च खोल मारी गोली। सो आ देखो कि किवें गुंडागर्दी इन्होंने कीती। आप अगे लगे मैं हैरान हां, एमएलए आते बेटा पता नहीं 18 साल का पता नहीं 21 साल का है, एडी छोटी उम्र च बदमाशी सिखाउणा अपने बच्चों नूं। वो सोचते हैं कि हुण सरकार साडी बन गई ते हुण पुलिस साडे नाल है, आ 7 महीने 8 महीने टप जाणगे मिंटां च, किधर जाणगे भज के। इंसाफ दवांगे लोकां नूं, इंसाफ मिलूगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपणे नूं। मैं तुहानूं अज गरंटी दिंदा जिन्ना गंद इहने पाया, जिन्ना गंद पाया वो सोचता सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा, भजना किनू पिया उन्हां नूं पिया। फार्म है कि मैं कहा, मैं कहा इत्थे बैठूंगा जिन्हां दा फार्म नहीं भरदे, आंदे सारे फार्म भरा के आपां आए हैं। इस करके परवाह ना करो, जिथे लोड़ पई तुहानूं मेरी मैं उत्थे हाजिर हां। मैनूं राहत ही, मैं दिल्ली सी पार्लियामेंट च उत्थे बजट पेश हो रहा सी, मैनूं सेखों साहब दा फोन आया ते अपने मंडे दा फोन आया कि इत्थे गुंडागर्दी शुरू हो गई करन लगे आ। मैं कहा कोई गल नहीं, मैं रात नूं उत्थे चलिया सवेरे 2:30 बजे मैं बादल पहुंचा ते 9 बजे चल के इत्थे पहुंचा, क्योंकि मैनूं पता सी कि आ सोचदे आ कि असीं पुलिस नूं वरत के अफसरां नूं वरत के ते आ जिहड़ा हमला इहने यूपी तों बदमाश बुलाए पैसे दे के सोचदा कि मैं डरा लूंगा। उहनूं पता नहीं श्रोमणी अकाली दल पार्टी कांग्रेस वांगू नहीं है, कांग्रेस ही लभने नहीं जिहड़े लीडर इन्हां दे। इस करके आ धक्के दा जिहड़ा कीता जुल्म कीता अपने बच्चों के अपने पार्टी के बच्चों नूं दा खून डोलिया इन्होंने, इन्हें भुगतना पैना। मैं तुहानूं गरंटी दिंदा ते दूजे पासों निकल गए, एक दे पेट च बची है वो सीरियस है बेचारा, वो फरीदकोट मेडिकल उत्थे कॉलेज है, दो बंदे रेफर होए थे, एक उत्थे दो रेफर होए है, एक तीजा है जिहदे पेट च खोल मारी गोली। सो आ देखो कि किवें गुंडागर्दी इन्होंने कीती। आप अगे लगे मैं हैरान हां, एमएलए आते बेटा पता नहीं 18 साल का पता नहीं 21 साल का है, एडी छोटी उम्र च बदमाशी सिखाउणा अपने बच्चों नूं। वो सोचते हैं कि हुण सरकार साडी बन गई ते हुण पुलिस साडे नाल है, आ 7 महीने 8 महीने टप जाणगे मिंटां च, किधर जाणगे भज के। इंसाफ दवांगे लोकां नूं, इंसाफ मिलूगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपणे नूं। मैं तुहानूं अज गरंटी दिंदा जिन्ना गंद इहने पाया, जिन्ना गंद पाया वो सोचता सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा, भजना किनूं पिया उन्हां नूं पिया। फार्म है कि मैं कहा, मैं कहा इत्थे बैठूंगा जिन्हां दा फार्म नहीं
ਭਰਦੇ ਜਾਂਦੇ ਸਾਰੇ ਫਰ ਭਰਾ ਕੇ ਆਪਾਂ ਆਏ ਆ अपने मंडे का फोन आया कि इतने गुंडागर्दी शुरू हो गई कर लगे है। मैं क्या कोई गल नहीं, मैं रात को उत्थे चलिया सवेरे 2:30 बजे मैं बादल पहुंचा 9 बजे चल के इतने पहुंचा क्योंकि मैं पता सी श्रोमणी अकाली दल पार्टी कांग्रेस मंगूनी है, कांग्रेस ही लभने नहीं जेडे लीडर इन्हां दे। इस करके आज धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने, इन्हें भुगतना पैना। मैं तुम्हें गारंटी देना ते दूजे पास निकल गए, एक दे पेट च बची है वो सीरियस है बेचारा, और फरीदकोट मेडिकल उत्थे कॉलेज है, एक उत्थे दो रेफर हुए है, एक तीजा है जिसे पेट च होर मारी गोरी। सो आ देखो कि गुंडागर्दी इन्होंने की आप अगे लगे। मैं हैरान हाँ MLA आप बेटा पता नहीं 18 साल का पता नहीं 21 साल का है, एडी छोटी उम्र च तो बदमाशी सिखाना अपने बच्चों, वो सोचते हैं कि हुण सरकार साड़ी बन गई ते हुण पुलिस साडे नाल है, आ 7 महीने 8 महीने टप जाएंगे मिनटा च किधर जाएंगे भज के। इंसाफ दवांगे लोगों को, इंसाफ मिलेगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपणे नूं। मैं तुहानूं अज गारंटी दिंदा जिन्ना गंद इहने पाया, जिन्ना गंद पाया वो सोचदा सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा, भजना किहनूं पिया उहनां नूं पिया। फार्म मैं क्या, मैं इत्थे बैठूंगा जिन्हां दा फार्म नहीं ਭਰਦੇ ਜਾਂਦੇ ਸਾਰੇ ਫਰ ਭਰਾ ਕੇ ਆਪਾਂ ਆਏ ਆ। ਇਸ ਕਰਕੇ ਪਰਵਾਹ ਨਾ ਕਰੋ, ਜਿੱਥੇ ਲੋੜ ਪਈ ਤੁਹਾਨੂੰ ਮੇਰੀ, ਮੈਂ ਉੱਥੇ ਹਾਜ਼ਰ ਹਾਂ। ਮੈਨੂੰ ਰਾਹਤ ਹੀ, ਮੈਂ ਦਿੱਲੀ ਸੀ ਪਾਰਲੀਮੈਂਟ ਚ, ਉੱਥੇ ਬਜਟ ਪੇਸ਼ ਹੋ ਰਿਹਾ ਸੀ, ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ते अपने मंडे का फोन आया कि इतने गुंडागर्दी शुरू हो गई कर लगे है। मैं क्या कोई गल नहीं, मैं रात को उत्थे चलिया सवेरे 2:30 बजे मैं बादल पहुंचा 9 बजे चल के इतने पहुंचा क्योंकि मैं पता सी कि आ सोचते हैं कि असि पुलिस नूं वरत के अफसर नूं वरत के ते आ जिहड़ा हमला इहने यूपी तो बदमाश बुलाए पैसे दे के सोचता है कि मैं डरा लूंगा, उन्हें पता नहीं श्रोमणी अकाली दल पार्टी कांग्रेस मंगूनी है, कांग्रेस ही लभने नहीं जेडे लीडर इन्हां दे। इस करके आज धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने, इन्हें भुगतना पैना। मैं तुहानूं गारंटी देना ते दूजे पास निकल गए, एक दे पेट च बची है वो सीरियस है बेचारा, वो फरीदकोट मेडिकल उत्थे कॉलेज है, एक उत्थे दो रेफर हुए है, एक तीजा है जिसे पेट च होर मारी गोरी। सो आ देखो कि गुंडागर्दी इन्होंने की आप अगे लगे। मैं हैरान हाँ MLA आप बेटा पता नहीं 18 साल का पता नहीं 21 साल का है, एडी छोटी उम्र च तो बदमाशी सिखाना अपने बच्चों, वो सोचते हैं कि हुण सरकार साड़ी बन गई ते हुण पुलिस साडे नाल है, आ 7 महीने 8 महीने टप जाएंगे मिनटा च किधर जाएंगे भज के। इंसाफ दवांगे लोगों को, इंसाफ मिलेगा। हुण कह रहे हैं कि अकाली दल दे वर्करां दे क्रॉस केस कराओ, करा लो जिन्ने मर्जी, बाद किधर जाओगे तुसीं, भजन नहीं दिंदे आपणे नूं। मैं तुहानूं अज गारंटी दिंदा जिन्ना गंद इहने पाया,
जिन्ना गंद पाया वो सोचता सी कि श्रोमणी अकाली दल के बहादुर वर्कर ते सूरमियां नूं गोलियां चला के डरा दूंगा। भजना किनू पिया उन्होंने पिया फार्म है कि मैं क्या मैं बैठे बैठूंगा जिन्हें फार्म नहीं भरते आते सारे फार्म भरा के आप आए हैं करके परवाह ना करो जिथे लोड़ पई मेरी मैं उसे हाजिर है। मैनू राहत ही मैं दिल्ली सी पार्लियामेंट उथे बजट पेश हो रहा सी मैनू सेखों साहब का फोन आया ते अपने मंडे का फोन आया कि इतने गुंडागर्दी शुरू हो गई करन लगे है। मैं क्या कोई गल नहीं मैं रात में उत्थे चलिया सवेरे 2:30 बजे मैं बादल पहुंचा तो 9 बजे चल के इतने पहुंचा क्योंकि मैनू पता सी कि आ सोचते हैं कि असि पुलिस नूं वरत के अफसर नूं वरत के ते आ जिहड़ा हमला इहने यूपी तों बदमाश बुलाए पैसे दे के सोचदा है कि मैं डरा लूंगा। उहनूं पता नहीं श्रोमणी अकाली दल पार्टी कांग्रेस वांगू नहीं है कांग्रेस ही लभणे नहीं जिहड़े लीडर इहनां दे। इस करके आ धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने इन्हू भुगतना पैना मैं तेनों गरंटी देना। दूजे पास निकल गए एक ने पिट च बची है वो सीरियस है बेचारा और फरीदकोट मेडिकल उत्थे कॉलेज है एक उत्थे दो रेफर हुए है एक तीजा है जिसे पिट च होर मारी गोरी। सो आ देखो कि गुंडागर्दी इन्होंने की आप अकेला के मैं हराना एमएलए आप तेरा बेटा पता नहीं 18 साल का पता नहीं 21 साल का एडी छोटी उम्र च तो बदमाशी सिखाना अपने बच्चे नूं वो सोचते हैं कि हुण सरकार साडी बन गई ते हुण पुलिस साडे नाल है आ 7 महीने 8 महीने टप जाएंगे मिनटां च किधर जाण के भज के इंसाफ तो आवांगे लोगों नूं इंसाफ मिलेगा। हुण कह रहे हैं कि अकाली दल दे वर्करां दे क्रॉस केस कराओ करा लो जिन्ने मर्जी बाद किधर जाओगे तुसीं भज्जण नहीं दिंदे आपणे नूं मैं तुहानूं अज गरंटी दिंदा जिन्ना गंद इहने पाया वो सोचदा सी कि श्रोमणी अकाली दल दे बहादुर वर्कर ते सूरमियां नूं गोलियां चला के डरा दूंगा। भज्जना किहनूं पिया उहनां नूं पिया फार्म है कि मैं क्या मैं इत्थे बैठूंगा जिन्हां दा फार्म नहीं भरते आते सारे फर्म भरा के आप आए हैं। इस करके परवाह ना करो जिथे लोड़ पई मेरी मैं उसे हाजिर है। मैनू राहत ही मैं दिल्ली सी पार्लियामेंट उथे बजट पेश हो रहा सी मैनू सेखों साहब का फोन आया ते अपने मंडे का फोन आया कि इतने गुंडागर्दी शुरू हो गई करन लगे है। मैं क्या कोई गल नहीं मैं रात में उत्थे चलिया सवेरे 2:30 बजे मैं बादल पहुंचा तो 9 बजे चल के इतने पहुंचा क्योंकि मैनू पता सी कि आ सोचते हैं कि असी पुलिस नूं वरत के अफसर नूं वरत के ते आ जिहड़ा हमला इहने यूपी तों बदमाश बुलाए पैसे दे के सोचता है कि मैं डरा लूंगा। उन्हें पता नहीं श्रोमणी अकाली दल पार्टी कांग्रेस वांगू नहीं है कांग्रेस ही लभणे नहीं जिहड़े लीडर इन्हां दे। इस करके आ धक्के दा जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने इन्हू भुगतना पैना मैं तेनों गरंटी देना। दूजे पास निकल गए एक ने पिट च बची है वो सीरियस है बेचारा और फरीदकोट मेडिकल उत्थे कॉलेज है एक उत्थे दो रेफर हुए है एक तीजा है जिसे पिट च होर मारी गोरी। सो आ देखो कि गुंडागर्दी इन्होंने की आप अकेला के मैं हराना एमएलए आप तेरा बेटा पता नहीं 18 साल का पता नहीं 21 साल का एडी छोटी उम्र च तो बदमाशी सिखाना अपने बच्चे नूं वो सोचते हैं कि हुण सरकार साडी बन गई ते हुण पुलिस साडे नाल है आ 7 महीने 8 महीने टप जाएंगे मिनटां च किधर जाण के भज के इंसान
ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰਾਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਜਿੰਨਾ ਗੰਦ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭੱਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਹੈ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾ ਦਾ ਫਾਰਮ ਨਹੀਂ ਭਰਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਆ अपने मंडे का फोन आया कि इतने गुंडागर्दी शुरू हो गई करन लगे है मैं कोई गल नहीं मैं रात को चलिया सवेरे दो ढाई बजे मैं बादल पहुंचा तो नौ बजे चल के इतने पहुंचा क्योंकि मैं पता सी श्रोमणी अकाली दल पार्टी कांग्रेस मंगूनी है कांग्रेस ही लभने नहीं जेडे लीडर इन्होंने इस करके आज धक्के का जिहड़ा कीता जुल्म कीता अपने बच्चों के अपने पार्टी के बच्चों का खून डोलिया इन्होंने इन्हू भुगतना पैना मैं तेन गरंटी देना दूजे पास निकल गए एक ने पिट च बची है वो सीरियस है बेचारा और फरीदकोट मेडिकल उत्थे कॉलेज है एक उत्थे दो रेफर हुए है एक तीजा है जिसे पिट च होर मारी गोरी सो आ देखो कि गुंडागर्दी इन्होंने की आप अगे लगे मैं हैरान हाँ एम एल ए आप बेटा पता नहीं 18 साल का पता नहीं 21 साल का एडी छोटी उम्र च तो बदमाशी सिखाना अपने बच्चों वो सोचते हैं कि हुण सरकार साडी बन गई ते हुण पुलिस साडे नाल है आ 7 महीने 8 महीने टप जाएंगे मिनटा च किधर जाएंगे भज के इंसाफ दवांगे लोगों को इंसाफ मिलेगा ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰਾਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਜਿੰਨਾ ਗੰਦ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭੱਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਹੈ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾ ਦਾ ਫਾਰਮ ਨਹੀਂ ਭਰਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਆ ਇਸ ਕਰਕੇ ਪਰਵਾਹ ਨਾ ਕਰੋ ਜਿੱਥੇ ਲੋੜ ਪਈ ਤੁਹਾਨੂੰ ਮੇਰੀ ਮੈਂ ਉੱਥੇ ਹਾਜ਼ਰ ਹਾਂ ਮੈਨੂੰ ਰਾਹਤ ਹੀ ਮੈਂ ਦਿੱਲੀ ਸੀ ਪਾਰਲੀਮੈਂਟ ਚ ਉੱਥੇ ਬਜਟ ਪੇਸ਼ ਹੋ ਰਿਹਾ ਸੀ ਮੈਨੂੰ ਸੇਖੋ ਸਾਹਿਬ ਦਾ ਫੋਨ ਆਇਆ ਤੇ ਆਪਣੇ ਮੰਡੇ ਦਾ ਫੋਨ ਆਇਆ ਕਿ ਇੱਥੇ ਗੁੰਡਾਗਰਦੀ ਸ਼ੁਰੂ ਹੋ ਗਈ ਕਰਨ ਲੱਗੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਉੱਥੇ ਚੱਲਿਆ ਸਵੇਰੇ 2:30 ਵਜੇ ਮੈਂ ਬਾਦਲ ਪਹੁੰਚਿਆ ਤੇ 9 ਵਜੇ ਚੱਲ ਕੇ ਇੱਥੇ ਪਹੁੰਚਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੋਚਦੇ ਆ ਕਿ ਅਸੀਂ ਪੁਲਿਸ ਨੂੰ ਵਰਤ ਕੇ ਅਫਸਰਾਂ ਨੂੰ ਵਰਤ ਕੇ ਤੇ ਆ ਜਿਹੜਾ ਹਮਲਾ ਇਹਨੇ ਯੂਪੀ ਤੋਂ ਬਦਮਾਸ਼ ਬੁਲਾਏ पैसे दे के सोचता है कि मैं डरा लूंगा उन्हें पता नहीं श्रोमणी अकाली दल पार्टी कांग्रेस मंगूनी है कांग्रेस ही लभने नहीं जेडे लीडर इन्होंने इस करके आज धक्के का जेड़ा कीता जुल्म कीता अपने बच्चों के अपने पार्टी के बच्चों का खून डोलिया इन्होंने इन्हू भुगतना पैना मैं तेन गरंटी देना दूजे पास निकल गए एक ने पिट च बची है वो सीरियस है बेचारा और फरीदकोट मेडिकल उत्थे कॉलेज है एक उत्थे दो रेफर हुए है एक तीजा है जिसे पिट च होर मारी गोरी सो आ देखो कि गुंडागर्दी इन्होंने की आप अगे लगे मैं हैरान हाँ एम एल ए आप बेटा पता नहीं 18 साल का पता नहीं 21 साल का एडी छोटी उम्र च तो बदमाशी सिखाना अपने बच्चों
ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਆ ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ ਚ ਕਿੱਧਰ ਜਾਣਗੇ ਭੱਜ ਕੇ ਇਨਸਾਫ ਦਵਾਵਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਹੁਣ ਕਹਿ ਰਹੇ ਕਿ ਕਾਲੀ ਦਲ ਦੇ ਵਰਕਰਾਂ ਦੇ ਕ੍ਰਾਸ ਕੇਸ ਕਰਾਓ ਕਰਾ ਲਓ ਜਿੰਨੇ ਮਰਜ਼ੀ ਬਾਅਦ ਕਿੱਧਰ ਜਾਓਗੇ ਤੁਸੀਂ ਭੱਜਣ ਨਹੀਂ ਦਿੰਦੇ ਆਪਣੇ ਨੂੰ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਜਿੰਨਾ ਗੰਦ ਇਹਨੇ ਪਾਇਆ ਜਿੰਨਾ ਗੰਦ ਪਾਇਆ ਉਹ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਤੇ ਸੂਰਮਿਆਂ ਨੂੰ ਗੋਲੀਆਂ ਚਲਾ ਕੇ ਡਰਾ ਦੂੰਗਾ ਭੱਜਣਾ ਕਿਹਨੂੰ ਪਿਆ ਉਹਨਾਂ ਨੂੰ ਪਿਆ ਫਾਰਮ ਹੈ ਮੈਂ ਤਾਂ ਕਿਹਾ ਮੈਂ ਕਿਹਾ ਇੱਥੇ ਬੈਠੂਗਾ ਜਿੰਨਾ ਦਾ ਫਾਰਮ ਨਹੀਂ ਭਰਦੇ ਜਾਂਦੇ ਸਾਰੇ ਫਾਰਮ ਭਰਾ ਕੇ ਆਪਾਂ ਆਏ ਆ अपने मंडे का फोन आया कि इतने गुंडागर्दी शुरू हो गई करन लगे है मैं कोई गल नहीं मैं रात को चलिया सवेरे 2:30 बजे मैं बादल पहुंचा 9 बजे चल के इतने पहुंचा क्योंकि मैं पता सी श्रोमणी अकाली दल पार्टी कांग्रेस वांगू नहीं है कांग्रेस ही लंबने नहीं जिहड़े लीडर इन्हां दे इस करके अज धक्के दा ਜਿਹੜਾ ਕੀਤਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਆਪਣੇ ਪਾਰਟੀ ਦੇ ਬੱਚਿਆਂ ਨੂੰ ਦਾ ਖੂਨ ਡੋਲਿਆ ਇਹਨਾਂ ਨੇ ਇਹਨੂੰ ਭੁਗਤਣਾ ਪੈਣਾ ਮੈਂ ਤੈਨੂੰ ਗਰੰਟੀ ਦਿੰਦਾ ਬੋਲੇ ਸੋਨੇਹਾ ਸੋ ਸਿਆਕਾ